ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਪੰਜਾਬ ਸਰਕਾਰ ਵੱਲੋਂ ਹਰਿਆਵਲ ਲਹਿਰ ਅਧੀਨ ਹਰ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ 50,000 ਬੂਟੇ ਲਗਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਅੱਜ ਬੱਬਰ ਅਕਾਲੀ ਖਾਲਸਾ ਕਾਲਜ ਗੜਸ਼ੰਕਰ ਵਿਖੇ ਡਿਪਟੀ ਸਪੀਕਰ ਪੰਜਾਬ ਅਤੇ ਵਿਧਾਇਕ ਗੜਸ਼ੰਕਰ ਜੈਕਿਸ਼ਨ ਸਿੰਘ ਰੋੜੀ ਵੱਲੋਂ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਜੰਗਲਾਤ ਵਿਭਾਗ ਦੇ DFO ਸਤਿੰਦਰ ਸਿੰਘ, BDPO ਗੜਸ਼ੰਕਰ ਮਨਜਿੰਦਰ ਕੌਰ ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨੇ ਹਿੱਸਾ ਲਿਆ। इस मौके जयकिशन सिंह रोड़ी डिप्टी स्पीकर वालों पिंडा दे सरपंचा ते होर मोतवारा नूं बूटे भी वंडे गए। इस मौके ते जयकिशन सिंह रोड़ी ने मीडिया नाल गलबात करदे होए किया कि पंजाब दे मुख्यमंत्री भगवंत मान दा वातावरण शुद्ध करन दे लई इह इक बहुत वड्डा उपराला है। जयकिशन सिंह रोड़ी ने किया कि हलका गड़शंकर दे विच 50,000 बूटे लगाए जाणगे। जयकिशन सिंह रोड़ी ने यह भी किया कि हलका गड़शंकर दे विच 3500 दे करीब बूटा पिंडा दे विच भेजिया जा रहा है। इस मौके उन्होंने कहा कि इन्होंने बूटे की सांभ संभाल प्रबंध किए जाएंगे। जिन्हों पंचायतों वालों बूटिया की वधिया सांभ संभाल की जाएगी उन्होंने स्पैशल ग्रांट भी दी जाएगी। BDPO मैडम गड़शंकर मनजिंदर कौर ने कहा कि वध तो वध बूटे लगाने चाहिए हैं, इन्हों की देखभाल करना भी साडा फर्ज बनता है। इस मौके उत्ते वड्डी गिणती दे विच गड़शंकर इलाके के सरपंच भी हाजिर सन। गड़शंकर तो पंजाब टीवी प्राइम दे लई बिट्टू चौहान की रिपोर्ट। पंजाब सरकार वालों शहीद आजम सरदार भगत सिंह जी दे हरियावल जिहड़ी मुहिम चलाई गई उहदे तहत गड़शंकर नूं भी जिहड़ा वख वख पिंडां दे विच 50,000 बूटे लाए जाने और 100 तो उपर करीब 125 दे करीब जिहड़े आ त्रिवेणी लाई जाणी जिहदे विच निम पिपल ते बुड़ लाए जाने ਤਾਂ ਜੋ ਸਾਡਾ ਵਾਤਾਵਰਨ ਜਿਹੜਾ ਆ ਅਸੀਂ ਉਹਨੂੰ ਜਿਹੜਾ ਪ੍ਰਦੂਸ਼ਿਤ ਹੋਣ ਤੋਂ ਬਚਾ ਸਕੀਏ। ਮੈਂ ਸਮਝਦਾ ਮਾਨ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਔਰ ਵਿਸ਼ੇਸ਼ ਤੌਰ 'ਤੇ ਜਿਹੜੇ ਸਾਡੇ GOG ਨੇ ਉਹ ਲਗਭਗ 3500 ਬੂਟਾ 'ਚ ਲੈ ਕੇ ਜਾ ਰਹੇ ਨੇ ਔਰ ਵੱਖ ਵੱਖ ਪੰਚਾਇਤਾਂ ਤੋਂ ਸਰਪੰਚ ਸਾਹਿਬ, ਪੰਚਾਇਤ ਮੈਂਬਰ ਸਾਹਿਬਾਨ, ਪਿੰਡ ਦੇ ਮੋਤਬਰ ਸ਼ਖਸੀਅਤਾਂ ਜਿਹੜੀਆਂ ਉਹ ਅੱਜ ਕਾਫੀ ਵੱਡੀ ਗਿਣਤੀ ਦੇ ਵਿੱਚ ਸਾਡੇ DFO ਸਾਹਿਬ ਖੜ੍ਹੇ ਨੇ, BDPO ਸਾਹਿਬ ਖੜ੍ਹੇ ਨੇ ਔਰ ਸਾਡੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਸਾਹਿਬ ਖੜ੍ਹੇ ਨੇ, ਨਾਲ ਤਮਾਮ ਸਰਾਵ ਹੈ। ਇਹਨਾਂ ਦੀ ਮੌਜੂਦਗੀ ਦੇ ਵਿੱਚ ਜਿਹੜਾ ਆ ਉਹ ਪਿੰਡਾਂ ਨੂੰ ਅੱਜ ਬੂਟੇ ਦਿੱਤੇ ਜਾ ਰਹੇ ਆ ਔਰ ਮੈਂ ਸਪੈਸ਼ਲ ਤੌਰ 'ਤੇ ਅਪੀਲ ਕਰਾਂਗਾ ਸਾਰਿਆਂ ਨੂੰ ਕਿ ਇਕੱਲੇ ਆਪਾਂ ਬੂਟੇ ਲਾਉਣ ਤੱਕ ਸੀਮਿਤ ਨਾ ਰਹੀਏ, ਇਹਨਾਂ ਦੀ ਦੇਖ ਰੇਖ, ਇਹਨਾਂ ਦੀ ਸਾਂਭ ਸੰਭਾਲ ਵੀ ਕਰੀਏ ਔਰ ਜਿਹੜੀਆਂ ਪੰਚਾਇਤਾਂ ਜਿਹੜੀਆਂ ਇਹਨਾਂ ਬੂਟਿਆਂ ਦੀ ਦੇਖ ਰੇਖ ਜ਼ਿਆਦਾ ਕਾਮਯਾਬ ਕਰਨਗੀਆਂ ਉਹਨਾਂ ਨੂੰ ਅਸੀਂ ਸਪੈਸ਼ਲ ਜਿਹੜਾ ਆ ਉਹ ਆਪਾਂ ਜਿਹੜਾ ਗ੍ਰਾਂਟ ਵੀ ਜ਼ਰੂਰ ਦੇਵਾਂਗੇ ਸਰ। ਔਰ ਇਹਦੇ ਨਾਲ ਮੈਂ ਉਹੀ ਗੱਲ ਕੀਤੀ ਵੀ ਜਿਹੜੀਆਂ ਪੰਚਾਇਤਾਂ ਸਾਂਭ ਸੰਭਾਲ ਕਰਨਗੀਆਂ ਇਹਨਾਂ ਨੂੰ ਜਿਹੜੇ ਪਿੰਡ ਦੇ ਵਿੱਚ ਬੂਟੇ ਲਾਉਣ ਜਾ ਰਹੇ ਉੱਥੇ ਅਸੀਂ ਮਨਰੇਗਾ ਦੇ ਤਹਿਤ ਪਿੰਡਾਂ ਦੇ ਵਿੱਚ ਬੰਦੇ ਵੀ ਰੱਖਾਂਗੇ ਜਿਹੜੇ ਇਹਨਾਂ ਨੂੰ ਸਮੇਂ ਦੇ ਸਿਰ ਜਿਹੜਾ ਪਾਣੀ ਵੀ ਪਾਣਗੇ ਔਰ ਇਹਨਾਂ ਦੀ ਦੇਖ ਰੇਖ ਵੀ ਕਰਨਗੇ। ਇਹ ਜਿਹੜੇ ਪੰਜਾਬ ਸਰਕਾਰ ਵੱਲੋਂ ਜਿਹੜੀ ਹਰਿਆਵਲ ਲਹਿਰ ਦੇ ਅਧੀਨ ਹਰ ਇੱਕ ਜਿਹੜਾ ਵਿਧਾਨ ਸਭਾ ਹਲਕੇ ਦੇ ਵਿੱਚ 50,000 ਬੂਟੇ ਲਗਾਏ ਜਾਣੇ ਨੇ ਅਤੇ ਉਹਦੇ ਵਿੱਚ 115 ਤਰਵੇਣੀਆਂ ਅਲੱਗ ਤੌਰ 'ਤੇ ਜਿਹੜੀਆਂ ਲਗਾਈਆਂ ਜਾਣੀਆਂ ਨੇ। ਇਹ ਸਾਡੇ ਸਪੀਕਰ ਸਾਹਿਬ, ਡਿਪਟੀ ਸਪੀਕਰ ਸਾਹਿਬ ਇਹ ਇਸ ਵਾਤਾਵਰਨ ਸੰਬੰਧੀ ਕਾਫੀ ਚਿੰਤਤ ਨੇ, ਇਹਨਾਂ ਵੱਲੋਂ ਮੈਨੂੰ ਸਪੈਸ਼ਲ ਤੌਰ 'ਤੇ ਹਦਾਇਤ ਕੀਤੀ ਗਈ ਹੈ ਵੀ ਕੋਈ ਵੀ ਪੰਚ ਸਰਪੰਚ ਬੂਟੇ ਲੈਣ ਤੋਂ ਕੋਈ ਵਾਂਝਾ ਨਾ ਰਹੇ। ਅਸੀਂ ਇਹਨਾਂ ਦੇ ਆਦੇਸ਼ਾਂ ਨੂੰ ਮੰਨਦੇ ਹੋਏ ਅਸੀਂ ਸਾਰੇ ਪੰਚਾਂ ਸਰਪੰਚਾਂ ਨੂੰ ਬੇਨਤੀ ਕਰਦੇ ਹਾਂ ਵੀ ਇਹ ਜਿਹੜੇ ਬੂਟੇ ਲੈ ਕੇ ਜਾਓ ਪਰ ਬੂਟੇ ਲਿਜਾ ਕੇ ਸਿਰਫ ਰੱਖ ਨਹੀਂ ਦੇਣੇ, ਇਹਨਾਂ ਨੂੰ ਆਪਾਂ ਨੂੰ ਬੂਟਿਆਂ ਨੂੰ ਲਾਉਣਾ ਵੀ ਹੈ ਅਤੇ ਇਹਨਾਂ ਦਾ ਪਾਲਣ ਪੋਸ਼ਣ ਵੀ ਕਰਨਾ ਹੈ। ਆਮ ਤੌਰ 'ਤੇ ਵੇਖਿਆ ਜਾਂਦਾ ਹੈ ਬੂਟੇ ਲੈ ਕੇ ਇੱਕ ਜਗ੍ਹਾ ਖੁੰਜੇ 'ਤੇ ਰੱਖ ਦਿੱਤੇ ਜਾਂਦੇ ਨੇ ਜਾਂ ਲਾ ਕੇ ਰੱਖ ਦਿੱਤੇ ਜਾਂਦੇ ਨੇ, ਉਸ ਤੋਂ ਬਾਅਦ ਆਪਾਂ ਕੇਅਰ ਨਹੀਂ ਕਰਦੇ। ਮੇਰੀ ਸਾਰੇ ਪੰਚ ਸਰਪੰਚ ਇਲਾਕੇ ਦੇ ਸਾਰਿਆਂ ਵੀਰਾਂ ਨੂੰ ਬੇਨਤੀ ਹੈ ਵੀ ਆਪਾਂ ਇਹਨਾਂ ਦੀ ਕਾਮਯਾਬੀ ਵੱਲ ਜ਼ਿਆਦਾ ਧਿਆਨ ਦੇਈਏ ਅਤੇ ਮੈਂ ਵਿਸ਼ੇਸ਼ ਤੌਰ 'ਤੇ ਸਾਡੇ ਡਿਪਟੀ ਸਪੀਕਰ ਸਾਹਿਬ ਜੈਕਿਸ਼ਨ ਜਰੋੜੀ ਜੀ ਜਿਹੜੇ ਸਪੈਸ਼ਲ ਮਤਲਬ ਅੱਜ ਇੱਥੇ ਸ਼ੁਰੂਆਤ ਕਰ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਸਾਡੇ ਪ੍ਰਿੰਸੀਪਲ ਸਾਹਿਬ ਜੀ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਇਹਨਾਂ ਚਰਚਾ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵੀ ਆਪਾਂ ਸਾਰੇ ਰਲ ਮਿਲ ਕੇ ਇਸ ਮੁਹਿੰਮ ਨੂੰ ਜਿਹੜੀ ਹਰਿਆਵਲ ਮੁਹਿੰਮ ਹੈ ਇਸ ਨੂੰ ਹੋਰ ਵਧਾਈਏ। ਥੈਂਕ ਯੂ। ਸਰਦਾਰ ਜੈਕਿਸ਼ਨ ਸਿੰਘ ਜੀ ਰੋੜੀ ਸਾਹਿਬ ਜੋ ਡਿਪਟੀ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ, ਉਹਨਾਂ ਨੂੰ ਕਾਲਜ ਵਿੱਚ ਪਹੁੰਚਣ 'ਤੇ ਅਸੀਂ ਜੀਆਂ ਆਖਦੇ ਹਾਂ। ਉਹਨਾਂ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਗੁਰੂ ਨਾਨਕ ਸਾਹਿਬ ਵੱਲੋਂ ਜੋ ਫਰਮਾਨ ਕੀਤਾ ਹੈ ਉਹਦੇ ਤਹਿਤ ਜਿਹੜਾ ਹਰਿਆਵਲੀ ਪੰਜਾਬ ਨੂੰ ਕਰਨ ਲਈ ਜਿਹੜਾ ਤਰਵੈਣੀ ਵਾਲਾ ਕੰਸੈਪਟ ਕਾਲਜ ਵਿੱਚ ਸ਼ੁਰੂਆਤ ਕੀਤੀ ਹੈ ਉਹਦੇ ਲਈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਨੂੰ ਕਾਲਜ ਵਿੱਚ ਪਹੁੰਚਣ 'ਤੇ ਉਹਨਾਂ ਨੂੰ ਜੀ ਆਇਆ ਆਖਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।